ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਾਗ ਬਾਣੀ ਔਰ ਸਵੇਰ ਦੇ ਤਕਰੀਬਨ 8:30 ਦਾ ਟਾਈਮ ਹੈ। ਪਰ ਇਸ ਸਮੇਂ ਵੀ ਜਿਹੜੀ ਧੁੰਦ ਹੈ ਪੰਜਾਬ ਦੇ ਸਾਰੇ ਏਰੀਆ ਦੇ ਵਿੱਚ ਬੜੀ ਸੰਘਣੀ ਹੈ। ਮੈਂ ਜਲੰਧਰ ਦੇ ਬੋਸ ਹੱਬ ਦੇ ਵਿੱਚ ਹਾਂ। ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ, ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ, ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ। ਜਿਸ ਨੂੰ ਕਹੀਏ ਕਿ ਕੰਪਨੀ ਬਾਗ ਚੌਂਕ ਦੇ ਵਿੱਚ ਹੈ, ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਤੋਂ ਹੁੰਦਾ ਵਿਜੀਬਿਲਿਟੀ। ਅੱਜ ਜਿਹੜੀ ਹੈ ਤਕਰੀਬਨ ਇਹ ਦੱਸਿਆ ਜਾ ਰਿਹਾ ਕਿ 3.2 meters ਦੀ ਵਿਜੀਬਿਲਿਟੀ ਹੈ, ਔਰ ਇਹ ਵਿਜੀਬਿਲਿਟੀ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਅੱਜ ਪਟਿਆਲਾ ਦੇ ਸੁਨਾਮ ਰੋਡ ਦੇ ਉੱਤੇ ਬਹੁਤ ਵੱਡਾ ਐਕਸੀਡੈਂਟ ਵੀ ਹੋਇਆ। ਤੁਸੀਂ ਜੇਕਰ ਘਰੋਂ ਨਿਕਲ ਰਹੇ ਹੋ ਤਾਂ ਕੋਸ਼ਿਸ਼ ਇਹ ਕਰੋ, ਕਿਉਂਕਿ ਜਿਵੇਂ ਮੌਸਮ ਵਿਭਾਗ ਨੇ ਅਲਰਟ ਦਿੱਤਾ ਕਿ 9 ਵਜੇ ਤੋਂ ਬਾਅਦ ਜਿਹੜਾ ਹੈ ਆਪਣੇ ਘਰਾਂ ਚੋਂ ਨਿਕਲੋ, ਕਿਉਂਕਿ ਅਗਲੇ 2 ਦਿਨ ਵੀ ਤੁਹਾਨੂੰ ਅਜਿਹੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ। ਇਹ ਬਾਜ਼ਾਰ ਦਾ ਏਰੀਆ ਆ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿੱਥੇ ਬਾਜ਼ਾਰਾਂ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਧੁੰਦ ਦਾ ਪਤਾ ਨਹੀਂ ਲੱਗਦਾ, ਖਚਾ ਖਚ ਧੁੰਦ, ਇੱਥੇ ਵੀ ਆ। ਵਿਜੀਬਿਲਿਟੀ ਬਹੁਤ ਘੱਟ ਆ, ਜੇ ਦੂਰ ਤੱਕ ਕੈਮਰਾ ਮਾਰਿਆ ਜਾਵੇ ਤਾਂ ਸਿਰਫ ਫੋਗ ਲਾਈਟਾਂ ਜਿਹੜੀਆਂ ਨੇ ਦਿਖਦੀਆਂ ਨੇ। ਬਾਜ਼ਾਰ ਦੇ ਏਰੀਏ ਦੇ ਵਿੱਚ ਇਹ ਆ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੇਨ ਹਾਈਵੇ ਦੇ ਉੱਤੇ ਜਿੱਥੇ ਆਪਾਂ ਕਹਿੰਦੇ ਹਾਂ ਕਿ ਆਸੇ ਪਾਸੇ ਲੋਕਾਂ ਦੇ ਖੇਤ ਆ, ਪੰਜਾਬ ਦੇ ਵਿੱਚ ਪਾਣੀ ਲੱਗਿਆ ਹੋਇਆ, ਉੱਥੇ ਦਾ ਹਾਲ ਕੀ ਹੋਏਗਾ। ਸੋ ਇਹ ਤਸਵੀਰ ਜਿਹੜੀ ਹੈ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ, ਔਰ ਆਪਣੇ ਆਪ ਦਾ ਬਚਾਅ ਕਰਨਾ ਬਹੁਤ ਜ਼ਰੂਰੀ ਆ। ਬਹੁਤ ਧਿਆਨ ਦੇ ਨਾਲ ਨਿਕਲੋ ਜੇ ਕਿਤੇ ਜਾ ਰਹੇ ਹੋ, ਅਤੇ ਸਮਾਂ ਨਾਲ ਲੈ ਕੇ ਚੱਲੋ, ਕਾਹਲੀ ਦੇ ਕਰਕੇ ਆਪਣੇ ਆਪ ਨੂੰ ਆਪਣਾ ਨੁਕਸਾਨ ਨਾ ਕਰ ਬੈਠੋ। ਦੇਖੋ ਕਿ ਗਸ਼ਤ ਕਰ ਰਹੀਆਂ ਨੇ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਨੇ, ਕਿਉਂਕਿ ਇਹੋ ਜਿਹੀ ਧੁੰਦ ਦੇ ਵਿੱਚ ਹੈਲਪ ਜਿਹੜੀ ਆ ਬਹੁਤ ਜ਼ਰੂਰੀ ਚਾਹੀਦੀ ਆ। ਔਰ ਅੱਜ ਹੀ ਅਸੀਂ ਹੁਣ ਤਾਂ ਬਹੁਤ ਜਲਦ ਤੁਹਾਡੇ ਨਾਲ ਸਮਾਣਾ ਜਿਹੜਾ ਐਕਸੀਡੈਂਟ ਬਹੁਤ ਵੱਡਾ ਹੋਇਆ ਉਹਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ। ਇਹ ਮਿਊਂਸੀਪਲ ਕਾਰਪੋਰੇਸ਼ਨ ਜਲੰਧਰ ਦਾ ਆਫਿਸ ਆ। ਤੁਸੀਂ ਦੇਖੋ ਕਿ ਜਿਸ ਸਾਈਡ ਤੋਂ ਮੈਂ ਖੜਾ ਆ ਉੱਥੋਂ ਇਹ ਸਿਰਫ ਤੇ ਸਿਰਫ 50 meters ਦੀ ਦੂਰੀ ਤੇ ਆ, ਪਰ ਇਹਦੀ ਵੀ ਸਾਨੂੰ ਇੱਥੋਂ ਕਲੀਅਰ ਜਿਹੜੀ ਆ ਵਿਜੀਬਿਲਿਟੀ ਨਹੀਂ ਹੈਗੀ। ਸੋ ਅੱਜ ਜਿਹੜੀ ਵਿਜੀਬਿਲਿਟੀ ਹੈ ਬਹੁਤ ਘੱਟ ਹੈ, ਆਪਣੇ ਨਾਲ ਸਮਾਂ ਲੈ ਕੇ ਚੱਲੋ ਤਾਂ ਜੋ ਕਿਸੇ ਤਰੀਕੇ ਦਾ ਤੁਹਾਡਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ। ਔਰ ਪੰਜਾਬ ਦੇ ਵਿੱਚ ਅੱਜ ਸੋਮਵਾਰ ਹੈ, ਔਰ ਮੰਗਲਵਾਰ ਨੂੰ ਵੀ ਇਹੀ ਅਲਰਟ ਹੈ ਕਿ ਘਣੀ ਧੁੰਦ ਪੈਣੀ ਹੈ। ਔਰ ਸਿਹਤ ਵਿਭਾਗ ਦਾ ਜਿਹੜਾ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਰੋਪੜ, ਹੁਸ਼ਿਆਰਪੁਰ, ਪਠਾਨਕੋਟ ਤੇ ਮੋਗਾ ਨੂੰ ਲੈ ਕੇ ਜਿਹੜਾ ਪ੍ਰੈਡਿਕਸ਼ਨ ਹੈ ਉਹ ਇਹ ਕਿਹਾ ਕਿ ਅਗਲੇ ਯਾਨੀ ਕਿ 72 ਘੰਟੇ ਦੱਸਿਆ ਆ, ਔਰ ਕੱਲ੍ਹ ਦਾ ਜਿਹੜਾ ਦਿਨ ਹੈ ਉਸ ਦੇ ਵੀ ਤੁਹਾਨੂੰ ਪੂਰੇ ਤਰੀਕੇ ਦੇ ਨਾਲ ਧੁੰਦ ਵਾਲਾ ਦੱਸਿਆ ਆ। ਹੁਣ ਜੇਕਰ ਤੁਹਾਨੂੰ ਇਹ ਚੌਂਕ ਤੋਂ, ਕਿਉਂਕਿ ਕੰਪਨੀ ਬਾਗ ਚੌਂਕ ਮੈਂ ਇਸ ਸਮੇਂ ਖੜਾ ਆ, ਇਸ ਤੋਂ ਜੇ ਤੁਹਾਨੂੰ ਨਾਮਦੇਵ ਚੌਂਕ ਵੱਲ ਮਾਰਿਆ ਜਾਵੇ ਤਾਂ ਕੁਝ ਦਿਖਾਈ ਬਿਲਕੁਲ ਨਹੀਂ ਦਿੰਦਾ ਹੈਗਾ, ਇਹ ਤਸਵੀਰ ਹੈ। ਤੇ ਇਧਰਲੀ ਸਾਈਡ ਦੇ ਉੱਤੇ ਉਹ ਚੌਂਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਲੰਧਰ ਦਾ ਉਹ ਚੌਂਕ ਹੈ ਜਿੱਥੇ ਰਸ਼ ਹੀ ਰਸ਼ ਹੁੰਦਾ ਆ, ਲੋਕ ਜਿਹੜੇ ਨੇ ਨਿਕਲਦੇ ਨੇ ਤੁਰਦੇ ਨੇ, ਜੋਤੀ ਚੌਂਕ, ਉਸ ਚੌਂਕ ਦੇ ਉੱਤੇ ਵੀ ਵਿਜੀਬਿਲਿਟੀ ਜਿਹੜੀ ਹੈ ਜਿਵੇਂ ਜਿਵੇਂ ਦਿਨ ਵੱਧਦਾ ਜਾ ਰਿਹਾ ਉਵੇਂ ਉਵੇਂ ਵਿਜੀਬਿਲਿਟੀ ਜਿਹੜੀ ਹੈ ਬਹੁਤ ਘੱਟ ਹੁੰਦੀ ਜਾ ਰਹੀ ਹੈ। ਸੋ 27 December ਤੱਕ ਜਿਹੜੀ ਹੈ ਧੁੰਦ ਦੇ ਵਿੱਚ, 27 December ਨੂੰ ਜਿਹੜਾ ਹੈ ਧੁੰਦ ਦੇ ਵਿੱਚ ਥੋੜ੍ਹੀ ਜਿਹੀ ਕਮੀ ਆ ਸਕਦੀ ਹੈ, ਪਰ ਫਿਲਹਾਲ ਅੱਜ ਦਾ ਦਿਨ ਅਤੇ 26 December ਤੁਹਾਨੂੰ ਇਹ ਧੁੰਦ ਦਾ ਦੇ ਨਾਲ ਦੋ ਹੱਥ ਕਰਨੇ ਪੈਣਗੇ। ਪਰ ਆਪਣੇ ਨਾਲ ਸਮਾਂ ਲੈ ਕੇ ਚੱਲੋ ਤਾਂ ਜੋ ਕਿਸੇ ਤਰੀਕੇ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਸਾਡਾ ਨਾ ਹੋਵੇ। ਮੌਸਮ ਵਿਭਾਗ ਨੇ ਇਹ ਕਹਿ ਦਿੱਤਾ ਸੀਗਾ
ਕਿ ਜੇਕਰ ਤੁਹਾਨੂੰ ਕੋਈ ਬਹੁਤਾ ਜ਼ਰੂਰੀ ਕੰਮ ਨਹੀਂ ਹੈਗਾ ਤੇ ਸਵੇਰੇ 9 ਵਜੇ ਤੋਂ ਬਾਅਦ ਨਿਕਲੋ ਔਰ ਰਾਤ 9 ਵਜੇ ਤੋਂ ਬਾਅਦ ਆਪਣੇ ਘਰਾਂ ਤੋਂ ਬਾਹਰ ਨਿਕਲਣ ਦਾ ਕੋਈ ਵੀ ਜੋਖਮ ਨਾ ਚੱਕਿਆ ਜਾਵੇ, ਕਿਉਂਕਿ ਇਹ ਜਿਹੜਾ ਪੰਜਾਬ ਦਾ ਜਿਹੜਾ ਟ੍ਰੋਪੀਕਲ ਆਪਾਂ ਕਹਿੰਦੇ ਹਾਂ ਕਿ ਰਿਜਨ ਆ, ਇਹ ਇੱਦਾਂ ਦੀ ਧੁੰਦ ਦੇ ਲਈ ਜਿਹੜਾ ਸਹੀ ਬਿਲਕੁਲ ਨਹੀਂ ਹੁੰਦਾ। ਆਪਾਂ ਅਕਸਰ ਕਹਿੰਦੇ ਹਾਂ ਵੀ ਇਹ ਉਹ ਏਰੀਆ ਆ ਜਿੱਥੇ ਇੰਨੀ ਸੰਘਣੀ ਧੁੰਦ ਨਹੀਂ ਪੈਂਦੀ ਹੈਗੀ, ਪਰ ਇਸ ਵਾਰ ਬਹੁਤ ਸੰਘਣੀ ਧੁੰਦ ਹੈ, ਇਸ ਕਰਕੇ ਜਿਹੜੀਆਂ ਗਾਈਡਲਾਈਨ ਹੈ ਉਹ ਵੀ ਤੁਹਾਨੂੰ ਦੁਬਾਰਾ ਦੱਸੀਆਂ ਗਈਆਂ ਵੀ 9 ਵਜੇ ਸਵੇਰੇ 9 ਵਜੇ ਤੋਂ ਬਾਅਦ ਨਿਕਲੋ, ਸਵੇਰ ਨੂੰ ਨਿਕਲ ਰਹੇ ਹੋ ਤੇ ਰਾਤ ਨੂੰ 9 ਵਜੇ ਤੋਂ ਬਾਅਦ ਆਪਣੇ ਘਰਾਂ ਤੋਂ ਅੰਦਰ ਰਹੋ, ਨਾ ਨਿਕਲੋ, ਕਿਉਂਕਿ ਇਹ ਧੁੰਦ ਜਿਹੜੀ ਹੈ ਇਹਦੇ ਵਿੱਚ ਵਿਜ਼ੀਬਿਲਿਟੀ ਬਹੁਤ ਘੱਟ ਜਾਂਦੀ ਹੈ ਔਰ ਬਹੁਤ ਸਾਰੇ ਰੋਡਸ ਇੱਦਾਂ ਦੇ ਜਿਹੜੇ ਨੇ ਜਿਹੜੇ ਆਪਾਂ ਕਹਿ ਲਈਏ ਕਿ ਲਿੰਕ ਰੋਡ ਨੇ, ਉਹਨਾਂ ਦੇ ਉੱਤੇ ਪ੍ਰੋਪਰ ਲਾਈਟਸ ਨਹੀਂ ਹੁੰਦੀਆਂ, ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਮੈਂ ਉਸ ਜਲੰਧਰ ਦੇ ਹੱਬ 'ਚ ਖੜਾ ਹਾਂ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਬਾਹਰ ਬਾਹਰ ਵਾਲਾ ਏਰੀਆ ਹੋਏਗਾ ਉੱਥੇ ਕਿੰਨੀ ਵਿਜ਼ੀਬਿਲਿਟੀ ਘੱਟ ਹੋਏਗੀ। ਸੋ ਆਪਣੇ ਨਾਲ ਸਮਾਂ ਲੈ ਕੇ ਚੱਲੋ, ਆਪਣਾ ਬਹੁਤ ਸਾਰਾ ਖਿਆਲ ਰੱਖੋ, ਬੱਚੇ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਨੇ, ਇਸ ਕਰਕੇ ਇਹ ਕਿਹਾ ਜਾ ਸਕਦਾ ਵੀ ਜੋਖਮ ਚੱਕਣ ਦੀ ਕੋਈ ਲੋੜ ਨਹੀਂ ਹੈਗੀ। ਜੇਕਰ ਤੁਸੀਂ ਘੁੰਮਣ ਵੀ ਜਾਣਾ ਆ ਤਾਂ ਆਪਣੇ ਨਾਲ ਸਮਾਂ ਲੈ ਕੇ ਚੱਲੋ। ਵਿਭਾਗ ਦੇ ਅਨੁਸਾਰ ਜੇਕਰ ਮੈਂ ਮੈਟ ਵਿਭਾਗ ਦੀ ਗੱਲ ਕਰਾਂ, ਮੌਸਮ ਵਿਭਾਗ ਦੀ ਗੱਲ ਕਰਾਂ, ਤੇ ਮੋਗਾ ਦੇ ਵਿੱਚ ਜਿਹੜਾ ਆ ਟੈਂਪਰੇਚਰ 6.1 ਡਿਗਰੀ ਸੈਲਸੀਅਸ ਆ, ਜਿੱਥੇ ਅੰਮ੍ਰਿਤਸਰ ਦੇ ਵਿੱਚ 6.2 ਆ, ਲੁਧਿਆਣਾ ਦੇ ਵਿੱਚ 6.3 ਹੈ ਔਰ ਜਲੰਧਰ ਦੇ ਵਿੱਚ ਵੀ ਜਿਹੜਾ ਆ ਤਕਰੀਬਨ 6 ਡਿਗਰੀ ਟੈਂਪਰੇਚਰ ਜਿਹੜਾ ਆ ਉਹ ਮਿਥਿਆ ਗਿਆ। ਸੋ ਆਪਣਾ ਬਹੁਤ ਖਿਆਲ ਰੱਖੋ, ਕਿਉਂਕਿ ਇਹ 2 ਦਿਨ ਜਿਹੜੇ ਨੇ, ਸਿਰਫ 2 ਦਿਨ ਨੇ, ਆਪਣਾ ਜਿਹੜਾ ਸਮਾਂ ਆ ਇਹਨੂੰ 2 ਦਿਨ ਦੇ ਵਿੱਚ ਉਸੇ ਤਰੀਕੇ ਨਾਲ ਕਰੋ। ਤੁਸੀਂ ਦੇਖੋ ਕਿ ਇੱਕ ਸਾਈਡ ਦੇ ਉੱਤੇ ਨਾਮਦੇਵ ਚੌਂਕ ਹੈ, ਇਸ ਸਾਈਡ ਦੇ ਉੱਤੇ ਕੁਝ ਵੀ ਨਹੀਂ ਦਿੰਦਾ ਤੁਹਾਨੂੰ, ਕੁਝ ਕੁ ਮੀਟਰ ਜਾਣੀ ਕਿ 3.2 ਮੀਟਰ ਦੀ ਵਿਜ਼ੀਬਿਲਿਟੀ ਜਿਹੜੀ ਦੱਸੀ ਆ ਉਹਨਾਂ ਨੇ ਕਿ 300 ਮੀਟਰ ਤੱਕ ਤੁਹਾਨੂੰ ਜਾਂਦੇ ਜਾਂਦੇ ਬੰਦਾ ਗਾਇਬ ਹੋਣਾ ਸ਼ੁਰੂ ਹੋ ਜਾਂਦਾ ਔਰ ਇਹ ਬਾਜ਼ਾਰ ਦਾ ਹਾਲ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਜਗ੍ਹਾ ਦਾ ਹਾਲ ਕੀ ਹੋਏਗਾ ਜਿੱਥੇ ਜਿਹੜਾ ਆ ਪੂਰੇ ਤਰੀਕੇ ਦੇ ਨਾਲ ਉਹ ਕਹਿ ਲਈਏ ਕਿ ਦਰਖਤ ਨੇ ਜਾਂ ਉੱਥੇ ਖੇਤ ਨੇ, ਉਸ ਏਰੀਆ ਦੇ ਵਿੱਚ ਬਹੁਤ ਬੁਰਾ ਹਾਲ ਹੈ। ਸੋ ਮੌਸਮ ਵਿਭਾਗ ਕਹਿੰਦਾ ਹੈ ਕਿ 25 ਤੇ 26 ਯਾਨੀ ਕਿ ਅੱਜ ਤੇ ਕੱਲ੍ਹ ਜਿਹੜਾ ਆ ਉਹਦੇ ਲਈ ਅਲਰਟ ਜਾਰੀ ਕਰ ਦਿੱਤਾ ਆ IMD ਦੇ ਅਨੁਸਾਰ। ਜੇਕਰ ਮੈਡ ਡਿਪਾਰਟਮੈਂਟ ਦੀ ਗੱਲ ਕਰੀਏ, ਮੌਸਮ ਵਿਭਾਗ ਦੀ ਗੱਲ ਕਰੀਏ, ਤੇ 25 ਤੋਂ 27 ਦਸੰਬਰ ਦੌਰਾਨ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਭਲਕੇ ਜਿਹੜਾ ਆ ਬਹੁਤ ਸੰਘਣੀ ਧੁੰਦ ਪੈ ਜਾਵੇਗੀ। ਹਾਲਾਂਕਿ ਜੇ ਪੰਜਾਬ ਦੀ ਗੱਲ ਕਰੀਏ, ਜਲੰਧਰ ਦੀ ਗੱਲ ਕਰੀਏ ਤਾਂ ਕਿਹਾ ਗਿਆ ਕਿ 27 ਨੂੰ ਇਹ ਧੁੰਦ ਥੋੜ੍ਹੀ ਜਿਹੀ ਘੱਟ ਹੋ ਸਕਦੀ ਹੈ। ਸੋ ਆਪਣੇ 2 ਦਿਨਾਂ ਦੇ ਪ੍ਰੋਗਰਾਮ ਜਿਹੜੇ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਰੋ, ਜਿੱਥੇ ਪਹਾੜਾਂ ਦੇ ਵਿੱਚ ਇੱਕ ਪਾਸੇ ਬਰਫ਼ਬਾਰੀ ਹੈ, ਦੂਸਰੇ ਬੰਨੇ ਮੈਲਾਨੀ ਇਲਾਕਿਆਂ ਦੇ ਵਿੱਚ ਹੁਣ ਧੁੰਦ ਜ਼ੋਰ ਫੜਦੀ ਜਾ ਰਹੀ ਹੈ ਤੇ ਹਰ ਤਰੀਕੇ ਦੇ ਨਾਲ ਅਸੀਂ ਪ੍ਰਭਾਵਿਤ ਹੋ ਰਹੇ ਹਾਂ। ਸੋ ਇਹ ਇੱਕ ਤਰੀਕੇ ਦੇ ਨਾਲ ਇਹ ਤੁਹਾਨੂੰ ਅਲਰਟ ਹੈ ਕਿ 2 ਦਿਨ ਜਿਹੜੇ ਨੇ ਔਖੇ ਸੌਖੇ ਆਪਣੇ ਘਰਾਂ ਦੇ ਵਿੱਚ ਕੱਢੋ ਔਰ ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਸਿਰਜੋ ਤਾਂ ਜੋ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਹੋਵੇ। ਤੁਸੀਂ ਦੇਖੋ ਕਿ ਹਰ ਚੌਂਕ ਦੇ ਵਿੱਚ 2-2 3-3 ਪੁਲਿਸ ਗਸ਼ਤ ਵਾਲੇ ਲਾ ਦਿੱਤੇ ਨੇ ਇਹਨਾਂ ਨੇ ਤਾਂ ਜੋ ਨੁਕਸਾਨ ਨਾ ਹੋ ਸਕੇ। ਆਹ ਦੇਖੋ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ ਸਾਈਡ ਦੇ ਉੱਤੇ ਕਿ ਉਹ ਚੌਂਕ ਹੈ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਲੰਧਰ ਦਾ ਸਭ ਤੋਂ ਭਰਿਆ ਤੇ ਰਸ਼ ਵਾਲਾ ਚੌਂਕ ਹੁੰਦਾ ਹੈ ਔਰ ਤਕਰੀਬਨ ਹੁਣ ਸਮਾਂ ਵੀ ਉਹ 9 ਪੂਰੇ ਵੱਜ ਚੁੱਕੇ ਨੇ ਪਰ ਅਜੇ ਵੀ ਧੁੰਦ ਦਾ ਕਹਿਰ ਪੂਰੇ ਤਰੀਕੇ ਦੇ ਨਾਲ ਜਾਰੀ ਹੈ। ਸੋ ਸਮਾਂ ਲੈ ਕੇ ਚੱਲੋ ਆਪਣੇ ਨਾਲ, ਇਹ ਕਾਹਲੀ ਦੇ ਕਰਕੇ ਆਪਣਾ ਕਿਸੇ ਤਰੀਕੇ ਦਾ ਨੁਕਸਾਨ ਦੇ ਨਾ ਕਰਾ ਲਿਓ। ਜੇਕਰ ਤੁਹਾਨੂੰ ਨਾਮਦੇਵ ਚੌਂਕ ਵਾਲੀ ਸਾਈਡ ਤੇ ਮੈਂ ਦਿਖਾਵਾਂ ਤਾਂ ਤੁਸੀਂ ਦੇਖੋ ਕਿ ਬਹੁਤ ਦੂਰੋਂ ਇੱਕ ਗੱਡੀ ਆ ਰਹੀ ਹੈ ਜਿਹਦੀਆਂ ਸਿਰਫ ਤੇ ਸਿਰਫ ਲਾਈਟਾਂ ਤੁਹਾਨੂੰ ਦੇ ਦੀਆਂ, ਹੋਰ ਕੁਝ ਇਸ ਜਗ੍ਹਾ ਦੇ ਉੱਤੇ ਨਹੀਂ ਦੇ ਰਿਹਾ ਔਰ ਇਹ ਸਿਰਫ ਤੇ ਸਿਰਫ 300 ਮੀਟਰ ਦੀ ਦੂਰੀ ਤੇ ਆ। ਉੱਥੋਂ ਕੁਝ ਕੋਈ ਸਾਈਡ ਨਹੀਂ ਦੇ, ਤੁਹਾਨੂੰ ਸਾਈਕਲ ਜਾਂਦਾ ਦੇ ਸੀਗਾ, ਅੰਦਰ ਜਾ ਕੇ 300 ਮੀਟਰ ਤੋਂ ਬਾਅਦ ਉਹ ਸਾਈਕਲ ਜਿਹੜਾ ਆ ਉਹ ਗਾਇਬ ਹੋਣਾ ਸ਼ੁਰੂ ਹੋ ਜਾਂਦਾ ਆ। ਸੋ ਆਪਣੇ ਨਾਲ ਸਮਾਂ ਲੈ ਕੇ ਚੱਲੋ, ਕਾਹਲੀ ਨਾ ਕਰੋ ਕਿਉਂਕਿ ਇਹ 2 ਦਿਨ, ਕਿਉਂਕਿ ਜਿਹੜਾ ਆ ਵੈਦਰ ਡਿਪਾਰਟਮੈਂਟ ਜਿਹੜਾ ਆ ਉਹ 2 ਦਿਨਾਂ ਦਾ ਅਲਰਟ ਕਹਿੰਦਾ ਆ ਕਿ ਅੱਜ ਤੇ ਕੱਲ੍ਹ ਜਿਹੜਾ ਆ ਉਹ ਤੁਹਾਨੂੰ 2 ਦਿਨ ਅਲਰਟ ਹੈ। ਆਪਣਾ ਸਮਾਂ ਨਾਲ ਲੈ ਕੇ ਚੱਲੋ, ਜੇ ਕਿਤੇ ਰਿਸ਼ਤੇਦਾਰਾਂ ਦੇ ਵੀ ਚੱਲੇ ਹੋ ਤੇ ਇਸ ਤਰੀਕੇ ਦੇ ਨਾਲ ਸਮਾਂ ਬੰਦ ਕਰੋ ਕਿ ਤੁਸੀਂ ਉਦੋਂ ਨਿਕਲੋ ਜਦੋਂ ਧੁੰਦ ਥੋੜ੍ਹੀ ਜਿਹੀ ਘੱਟ ਜਾਵੇ ਤੇ ਧੁੰਦ ਜ਼ਿਆਦਾ ਪੈਣ ਤੋਂ ਪਹਿਲਾਂ, ਸੰਘਣੀ ਪੈਣ ਤੋਂ ਪਹਿਲਾਂ ਆਪਣੇ ਘਰਾਂ ਨੂੰ, ਆਪਣੇ ਆਸ਼ਿਆਨਾਂ ਨੂੰ ਵਾਪਸ ਮੁੜ ਜਾਵੇ। ਜੇ ਤੁਸੀਂ ਮੇਰੇ ਪਿੱਛੇ ਕੋਈ ਵੀ ਗੱਡੀ ਜਾਂਦੀ ਦੇਖਦੇ ਹੋ, ਮੋਟਰਸਾਈਕਲ ਜਾਂਦਾ ਵੇਖਦੇ ਹੋ,
ਤਾਂ ਤੁਹਾਨੂੰ ਦੇਖੇਗਾ ਕਿ ਕੋਈ ਜਿਹੜਾ ਕੁਝ ਬੁਰੇ ਤਰੀਕੇ ਦੇ ਨਾਲ ਉੱਥੇ ਵਿਜ਼ੀਬਿਲਿਟੀ ਘੱਟ ਆ, ਕੁਝ ਵੀ ਦਿਖਾਈ ਨਹੀਂ ਦਿੰਦਾ ਹੈਗਾ। ਸੋ ਇਸੇ ਕਰਕੇ ਇਹ ਸਾਡਾ ਛੋਟਾ ਜਿਹਾ ਉਪਰਾਲਾ ਤੁਹਾਨੂੰ ਇਹ ਦਿਖਾਉਣ ਦਾ ਕਿ ਆਪਣੇ ਨਾਲ ਸਮਾਂ ਲੈ ਕੇ ਚੱਲੋ, ਕਿਉਂਕਿ ਜਲੰਧਰ ਦੇ ਅੰਦਰ ਜੇ ਇਹ ਹਾਲ ਹੈ ਤੇ ਬਾਹਰ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਵੀ ਕਿੱਡਾ ਭਿਆਨਕ ਹੋਏਗਾ ਜਿਹੜੇ ਉਹ ਏਰੀਆ ਆਪਾਂ ਕਹਿੰਦੇ ਹਾਂ ਵੀ ਬਾਹਰ ਵਾਲੇ ਏਰੀਆਜ਼ ਨੇ ਜਿੱਥੇ ਆ ਵਿਜ਼ੀਬਿਲਿਟੀ ਇਦੋਂ ਵੀ ਘੱਟ ਆ, ਠੰਡ ਜ਼ਿਆਦਾ ਆ, ਤੇ ਉਹਨਾਂ ਏਰੀਆ ਦੇ ਵਿੱਚ ਕੀ ਹਾਲ ਹੋਏਗਾ। ਇੱਥੋਂ 300 ਕੁ ਮੀਟਰ ਤੱਕ ਜਾਂਦੀਆਂ ਗੱਡੀਆਂ, ਸਿਰਫ ਉਹਨਾਂ ਦੀਆਂ ਲਾਈਟਾਂ ਰਹਿ ਜਾਂਦੀਆਂ ਨੇ। ਇਸੇ ਲਈ ਆਪਣੇ ਨਾਲ ਸਮਾਂ ਲੈ ਕੇ ਚੱਲੋ, ਆਪਣੀ ਸਿਹਤ ਦਾ ਖਿਆਲ ਰੱਖੋ, ਬੱਚੇ ਜਿਹੜੇ ਤੁਹਾਡੇ ਨਾਲ ਸਫ਼ਰ ਕਰ ਰਹੇ ਆ ਉਹਨਾਂ ਦੇ ਬਾਰੇ ਸੋਚ ਕੇ ਕਰੋ, ਕਿਉਂਕਿ ਹੁਣ ਛੁੱਟੀਆਂ ਜਿਹੜੀਆਂ ਨੇ ਸਕੂਲਾਂ ਦੇ ਵਿੱਚ ਇਸੇ ਕਰਕੇ ਕੀਤੀਆਂ ਨੇ ਕਿ ਕਿਸੇ ਤਰੀਕੇ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ। ਸੋ ਫਿਲਹਾਲ ਇਹ ਸਾਡਾ ਛੋਟਾ ਜਿਹਾ ਉਪਰਾਲਾ ਜਿਹੜਾ ਆ ਉਹ ਅਸੀਂ ਇਸ ਚੀਜ਼ ਕਰਕੇ ਤੁਹਾਨੂੰ ਦੱਸਿਆ। ਮੈਂ ਚੌਂਕ ਦੇ ਸੈਂਟਰ ਦੇ ਵਿੱਚ ਖੜਾ ਹਾਂ, ਤੁਸੀਂ ਦੇਖੋ ਕਿ ਇਹਦੇ ਸਾਰੇ ਪਾਸੇ ਤੁਹਾਨੂੰ ਅਸੀਂ ਵਿਜ਼ੀਬਿਲਿਟੀ ਦਿਖਾਈ ਹੈ, ਵਿਜ਼ੀਬਿਲਿਟੀ ਬਿਲਕੁਲ ਘੱਟ ਹੈ। ਸੋ ਇਹ ਤਸਵੀਰ ਸਿਰਫ ਤੇ ਸਿਰਫ ਇਸ ਕਰਕੇ ਸੀ ਕਿ ਤੁਸੀਂ ਆਪਣਾ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਇੱਕ ਅਲਰਟ ਜਿਹੜਾ ਹੈ ਉਹ ਬਿਲਕੁਲ ਰਹੇ ਕਿ ਕਿਵੇਂ ਕਿਸ ਤਰੀਕੇ ਦੇ ਨਾਲ 2 ਦਿਨਾਂ ਦੇ ਵਿੱਚ ਟਰੈਵਲ ਕਰਨਾ ਹੈ। ਕੈਮਰਾਮੈਨ ਰਿੰਕੂ ਦੇ ਨਾਲ ਮੈਂ ਜਤਿੰਦਰ ਸਿੰਘ ਖਹਿਰਾ ਜਲੰਧਰ ਤੋਂ।